ਰਿਸ਼ੀ ਥਾਪਰ ਡੌਗ ਟ੍ਰੇਨਰ ਡੌਗ ਬਿਜ਼ਨਸ ਵੱਲੋਂ ਸਾਰੀ ਪੈਟ ਲਵਰ ਫੈਮਿਲੀਜ਼ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਹੈ ਜੀ। ਤੇ ਅੱਜ ਦਾ ਜਿਹੜਾ ਟੌਪਿਕ ਹੈ ਉਹ ਬਹੁਤ ਹੀ ਧਿਆਨਯੋਗ ਹੈ, ਠੀਕ ਹੈ ਜੀ। ਉਹਨੂੰ ਦੇਖਣ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਰੂਰਤ ਹੈਗੀ ਆ। ਵਾਈ ਆਰ ਡੌਗ ਅਗਰੈਸਿਵ ਐਂਡ ਟਾਇਰਡ? ਤੁਸੀਂ ਦੇਖਿਆ ਹੋਊਗਾ, ਅਸੀਂ ਡੌਗ ਲੈ ਆਉਂਦੇ ਹਾਂ ਆਪਣੇ ਘਰ ਦੇ ਵਿੱਚ, ਪੱਪੀ ਲੈ ਆਉਂਦੇ ਹਾਂ, ਉਸ ਤੋਂ ਬਾਅਦ ਉਹ ਥੋੜ੍ਹੇ ਚਿਰਾਂ ਬਾਅਦ ਅਗਰੈਸਿਵ ਹੋਣਾ ਸਟਾਰਟ ਹੋ ਜਾਂਦਾ ਅਤੇ ਟਾਇਰਡ ਜਿਹਾ ਰਹਿਣ ਲੱਗ ਜਾਂਦਾ, ਥੱਕਿਆ ਥੱਕਿਆ ਜਿਹਾ ਰਹਿਣ ਲੱਗ ਜਾਂਦਾ ਆ। ਉਹਦਾ ਇੱਕ ਮੁੱਖ ਕਾਰਨ ਹੈ, ਮੇਨ ਕਾਰਨ ਹੈ ਸਾਡੀ ਡਿਸਕ ਪਿੱਠ ਸਾਡੀ, ਅਤੇ ਸਾਡੀ ਪਿੱਠ ਦੇ ਵਿੱਚ ਭੋਰਾ ਵੀ ਦਰਦ ਰਹੂਗਾ ਨਾ, ਸਾਡੇ ਕੰਮ ਦੇ ਵਿੱਚ ਧਿਆਨ ਨਹੀਂ ਲੱਗਦਾ। ਦੇਖੋ, ਟਰਾਈ ਕਰਕੇ ਦੇਖੋ, ਕਈ ਵਾਰ ਅਸੀਂ ਗਲਤ ਪੋਸਚਰ 'ਚ ਬੈਠ ਜਾਂਦੇ ਹਾਂ, ਗਲਤ ਪੋਸਚਰ ਦੇ ਵਿੱਚ ਖਾਣਾ ਖਾ ਲੈਂਦੇ ਹਾਂ, ਜਾਂ ਕਿਸੇ ਵੀ ਤਰੀਕੇ ਨਾਲ ਗਲਤ ਪੋਸਚਰ ਦੇ ਨਾਲ ਸਾਡੇ ਪੇਨ ਰਹਿਣ ਲੱਗ ਜਾਂਦੀ ਹੈ। ਅਤੇ ਸਾਡਾ ਜਿਹੜਾ ਹੈਗਾ ਨਾ, ਜਿਹੜਾ ਸਾਡਾ ਆਧਾਰ ਹੈ, ਮੇਨ ਸਾਡੀ ਬੋਡੀ ਦਾ ਸਟਰਕਚਰ ਹੈ ਜਾਂ ਡੌਗ ਦੀ ਬੋਡੀ ਦਾ ਸਟਰਕਚਰ ਹੈਗਾ, ਉਹ ਸਾਰਾ ਡਿਸਕ ਦੇ ਉੱਪਰ ਹੀ ਖੜਾ ਹੈ, ਡਿਸਕ ਦੇ ਉੱਪਰ, ਠੀਕ ਹੈ ਜੀ। ਜੇ ਉਹਦੇ ਭੋਰਾ ਵੀ ਡਿਸਕ ਦੇ ਵਿੱਚ ਪੇਨ ਹੋਊਗੀ ਨਾ, ਉਹਨੇ ਦੱਸਣਾ ਨਹੀਂ ਹੈ ਕਿ ਪਾਪਾ ਮੇਰੇ ਉਹਦੇ ਪੇਨ ਹੋ ਰਹੀ ਹੈ, ਮੰਮਾ ਮੇਰੇ ਉਹਦੇ ਪੇਨ ਹੋ ਰਹੀ ਹੈ। ਦਰਦ ਹੋਇਆ ਤਾਂ ਉਹਨੇ ਨੈਚੁਰਲ ਅਗਰੈਸਿਵ ਹੋਣਾ ਸਟਾਰਟ ਹੋ ਜਾਣਾ ਆ, ਉਹਨੇ ਚਿੜਚਿੜਾ ਹੋ ਜੂਗਾ ਆ, ਅਤੇ ਥੱਕਿਆ ਜਿਹਾ ਮਹਿਸੂਸ ਕਰੂਗਾ, ਟਾਇਰਡ ਜਿਹਾ ਫੀਲ ਹੋਊਗਾ। ਸੋ ਹੁਣ ਤੁਹਾਨੂੰ ਵੀ ਇਸ ਚੀਜ਼ ਦਾ ਅਹਿਸਾਸ ਹੋ ਗਿਆ ਹੋਊਗਾ ਕਿ ਭਾਈ ਹਾਂਜੀ ਇੱਦਾਂ ਹੁੰਦਾ ਆ, ਸਾਡੇ ਵੀ ਜੇ ਪੇਨ ਹੁੰਦੀ ਹੈ ਸਾਡਾ ਧਿਆਨ ਨਹੀਂ ਲੱਗਦਾ ਕੰਮ। ਸੋ ਅੱਜ ਆਪਾਂ ਇਸੀ ਟੌਪਿਕ ਦੇ ਉੱਪਰ ਗੱਲ ਕਰੀਏ, ਵਿਚਾਰ ਕਰੀਏ, ਅਤੇ ਇਹ ਜਿਹੜਾ ਨਾ ਸਮਾਧਾਨ ਹੈ ਬਹੁਤ ਈਜ਼ੀ ਤਰੀਕੇ ਨਾਲ ਆਪਾਂ ਇਹਨੂੰ ਸੋਲਵ ਆਊਟ ਕਰਾਂਗੇ, ਠੀਕ ਹੈ ਨਾ, ਕੋਈ ਡਰਨ ਦੀ ਗੱਲ ਨਹੀਂ ਹੈਗੀ ਆ। ਅਸੀਂ ਕੀ ਕਰਦੇ ਹਾਂ, ਆਪਾਂ ਘਰ ਦੇ ਵਿੱਚ ਡੌਗ ਲਿਆਉਂਦੇ ਹਾਂ ਅਤੇ ਉਹਦੇ ਵਾਸਤੇ ਨਾ ਇੱਦਾਂ ਦੇ ਸਿੰਪਲ ਬਾਊਲ ਲਿਆਉਂਦੇ ਹਾਂ, ਹੈ ਨਾ, ਸਿੰਪਲ ਬਾਊਲ ਲਾਈਕ ਇੱਦਾਂ ਦੇ ਬਾਊਲ ਲਿਆਉਂਦੇ ਹਾਂ ਅਸੀਂ ਇੱਦਾਂ ਦੇ, ਠੀਕ ਹੈ। ਉਹਨੂੰ ਨੀਚੇ ਰੱਖ ਦਿੰਦੇ ਹਾਂ ਜ਼ਮੀਨ ਦੇ ਉੱਪਰ, ਜ਼ਮੀਨ 'ਤੇ ਰੱਖ ਕੇ ਉਹਨੂੰ ਖਾਣਾ ਦੇ ਦਿੰਦੇ ਹਾਂ, ਸੋਚਦੇ ਹਾਂ ਕਿ ਵੀ ਠੀਕ ਹੈ ਇਹਦੇ ਵਿੱਚ ਛੱਪ ਜਾਂਦਾ। ਪਰ ਦੇਖੋ ਗੱਲ ਕੀ ਹੈਗੀ ਆ, ਆਹ ਜ਼ਮੀਨ ਦੇ ਉੱਪਰ ਖਾਣਾ ਦਿੱਤਾ ਹੋਇਆ ਡੌਗ ਨੂੰ, ਇਹਦਾ ਦੇਖੋ ਸਟਰਕਚਰ ਦੇਖੋ ਇਹਦਾ ਡੌਗ ਦਾ, ਆਹ ਕਿਉਂਕਿ ਜਦ ਪਿੱਠ ਥੱਲੇ ਨੂੰ ਝੁਕਣ ਲੱਗ ਜਾਂਦੀ ਹੈ, ਦੇਖੋ ਇੱਦਾਂ ਹੁੰਦੇ ਆ ਉਹਦੀ ਬੋਲ, ਇੱਦਾਂ ਫਸੇ ਹੁੰਦੇ ਆ ਮਣਕੇ, ਜਦ ਉਹ ਥੱਲੇ ਵਾਰ ਵਾਰ ਸਿਰ ਕਰਕੇ ਵਾਰ ਵਾਰ ਥੱਲੇ ਕਰਕੇ ਖਾਂਦਾ ਨਾ ਖਾਣਾ, ਇੱਦਾਂ ਆਹ ਗਰਦਨ ਹੈ, ਮੰਨ ਲਓ ਆਹ ਪਿੱਠਾ ਆ ਰਹੀ ਹੈ, ਇੱਦਾਂ ਮਣਕੇ ਹੈ, ਜਦੋਂ ਗਰਦਨ ਨੂੰ ਮੋੜੂਗਾ ਥੱਲੇ ਇੱਦਾਂ ਕਰਕੇ, ਉਹਦੇ ਨਾਲ ਜਿਹੜਾ ਡਿਸਕ ਹੈ ਉਹ ਥੱਲੇ ਨੂੰ ਇਹ ਝੁਕ ਜੂਗੀ। ਤੁਸੀਂ ਦੇਖਿਆ ਹੋਊਗਾ ਕਿੰਨੇ ਕੁੱਤੇ ਘੁਮਾਉਂਦੇ ਹੁੰਦੇ ਆ ਲੋਕ, ਹੈ ਨਾ, ਬਾਹਰ ਆਪਣੇ ਡੌਗ ਨੂੰ ਘੁਮਾਉਂਦੇ ਆ, ਉਹਦੀ ਪਿੱਠ ਐਂ ਨੀਚੇ ਗਿਰੀ ਹੁੰਦੀ ਆ, ਉਹਦੀ ਪਿੱਠ ਸਿੱਧੀ ਨਹੀਂ ਹੁੰਦੀ, ਇੱਦਾਂ ਨਹੀਂ ਹੁੰਦੀ ਹੈਗੀ, ਅੱਛਾ ਸਿੱਧੀ ਨਹੀਂ ਹੁੰਦੀ ਹੈਗੀ ਆ, ਪਿੱਠੋਂ ਵੀ ਥੱਲੇ ਗਿਰੀ ਹੁੰਦੀ ਆ, ਜਿਹੜੀ ਥੱਲੇ ਗਿਰੀ ਹੁੰਦੀ ਹੈ ਨਾ ਉਹ ਵਿਚਾਰਾ ਪ੍ਰੋਬਲਮ ਦੇ ਵਿੱਚ ਹੈ, ਸ਼ੋਰਟ ਲਾਈਫ ਜੀਊਗਾ, ਉਹਨੂੰ ਹੋਰ ਦਿੱਕਤਾਂ ਕਿੰਨੀਆਂ ਆਉਂਦੀਆਂ, ਉਹਦੇ ਵਿਚਾਰੇ ਨੇ ਕਦੀ ਕਿਸੇ ਨੇ ਮਸਾਜ ਵੀ ਨਹੀਂ ਕੀਤੀ ਹੈਗੀ ਪਿੱਠ ਦੇ ਉੱਪਰ, ਜਿਹੜੀ ਇੱਕ ਵਾਰੀ ਥੱਲੇ ਵੜ ਗਈ ਪਿੱਠ ਉਹਨੂੰ ਉੱਪਰ ਆਉਣ ਵਾਸਤੇ ਥੋੜ੍ਹਾ ਟਾਈਮ ਲੱਗਦਾ ਹੈਗਾ ਆ। ਸੋ ਦੋਸਤੋ, ਮੈਂ ਅੱਜ ਗੱਲ ਕਰੂੰਗਾ ਆ ਇਹ ਜਿਹੜਾ ਡੌਗ ਬਾਊਲ ਸਟੈਂਡ ਦੀ, ਇਹਦੀ ਬਹੁਤ ਜ਼ਰੂਰਤ ਹੁੰਦੀ ਆ ਸਾਡੇ ਡੌਗ ਨੂੰ, ਜਦ ਵੀ ਅਸੀਂ ਡੌਗ ਲੈਂਦੇ ਹਾਂ ਨਾ, ਜੇ ਅਸੀਂ ਛੋਟੀ ਬਰੀਡ ਲੈਂਦੇ ਹਾਂ ਤਾਂ ਉਹਦੇ ਵਾਸਤੇ ਇੱਦਾਂ ਦਾ ਬਾਊਲ ਸਟੈਂਡ ਆਉਂਦਾ ਆ, ਉਹ ਉੱਪਰ ਖੜ ਕੇ ਖਾ ਲਵੇ। ਜਿੱਦਾਂ ਅਸੀਂ ਡਾਇਨਿੰਗ ਟੇਬਲ ਦੇ ਉੱਪਰ ਬੈਠ ਕੇ ਗਰਾਈਆਂ ਲੈਂਦੇ ਹਾਂ ਨਾ, ਆਰਾਮ ਨਾਲ ਖਾਂਦੇ ਹਾਂ, ਸਾਨੂੰ ਕੋਈ ਦਿੱਕਤ ਨਹੀਂ ਆਉਂਦੀ, ਜੇ ਸਾਨੂੰ ਇੱਦਾਂ ਚੱਕਣੀ ਪਵੇ ਝੁੱਕ ਝੁੱਕ ਕੇ ਵਿੱਚੋਂ ਇੱਦਾਂ ਗਰਾਈ ਚੱਕਣੀ ਪਵੇ ਤਾਂ ਸਾਡੇ ਵੀ ਪਿੱਠ ਦੇ ਵਿੱਚ ਪੇਨ ਹੋ ਜਾਵੇ। ਇੱਕ ਖਾਣਾ ਹੀ ਹੈ ਨਾ ਜਿਸਦੇ ਕਰਕੇ ਇਹ ਜੀਵ ਜਿਉਂਦੇ ਨੇ ਅਤੇ ਅਸੀਂ ਜਿਉਂਦੇ ਹਾਂ, ਜੇ ਉਹੀ ਨਹੀਂ ਸਹੀ ਤਰੀਕੇ ਦੇ ਨਾਲ ਸਹੀ ਪੋਸਚਰ ਦੇ ਵਿੱਚ ਸਾਨੂੰ ਖਾਣਾ ਮਿਲਿਆ ਅਤੇ ਫਿਰ ਉਹ ਨੈਚੁਰਲ ਹੈ ਅਗਰੈਸ਼ਨ ਟਾਇਰਨੈਸ ਅਤੇ ਚਿੜਚਿੜਾਪਣ ਜਿਹਾ ਰਹਿੰਦਾ ਹੀ ਰਹਿੰਦਾ ਆ ਡੌਗ ਦੇ ਵਿੱਚ, ਵੱਢਣ ਲੱਗ ਜਾਂਦੇ ਨੇ। ਸੋ ਛੋਟੀ ਬਰੀਡਸ ਲਈ ਜਦ ਪੱਪੀ ਲੈ ਕੇ ਆਉਂਦੇ ਹੋ ਇੱਦਾਂ ਦੇ ਬਾਊਲ ਲਓ, ਉਹ ਆਰਾਮ ਨਾਲ ਇੱਦਾਂ ਖੜ ਕੇ ਖਾ ਲਵੇ, ਠੀਕ ਹੈ ਜੀ। ਅਤੇ ਬੜੀ ਡੌਗ ਵਾਸਤੇ ਮੈਂ ਤੁਹਾਨੂੰ ਦੱਸਦਾ, ਆਹ ਸਟੈਂਡ ਹੈ, ਮੈਂ ਤੁਹਾਨੂੰ ਦਿਖਾਉਣ ਵਾਸਤੇ ਇਹਨੂੰ ਮਤਲਬ ਬਾਈਂਡ ਕੀਤਾ ਹੈਗਾ, ਇਹਨੂੰ ਆਪਾਂ ਇਹਦੇ ਨੀਚੇ ਨਾ ਉਹਨੇ ਫਿਰਕੀ ਜਿਹੀ ਲੱਗੀ ਹੁੰਦੀ ਆ, ਉਹ ਆਪਾਂ ਜਿੰਨੀ ਮਰਜ਼ੀ ਐਡਜਸਟ ਕਰ ਸਕਦੇ ਹਾਂ, ਜਿੰਨਾ ਛੋਟਾ ਪੱਪੀ ਹੈ ਮਤਲਬ ਉਸਦੇ ਅਕੋਰਡਿੰਗ ਜਿਵੇਂ ਵੱਧਦਾ ਜਾਂਦਾ ਹੈ ਆਪਾਂ ਉਹਦਾ ਉੱਚਾ ਚੱਕ ਦਾਂਗੇ ਬਾਊਲ, ਠੀਕ ਹੈ ਜੀ। ਇੱਕ ਦੇ ਵਿੱਚ ਪਾਣੀ ਪਾ ਦਿਓ, ਇੱਕ ਦੇ ਵਿੱਚ ਖਾਣਾ ਪਾ ਦਿਓ, ਇਹ ਸਟੈਂਡ, ਠੀਕ ਹੈ, ਇਹਨੂੰ ਇਹਦੇ ਨੀਚੇ ਰੱਖ ਸਕਦੇ ਹਾਂ ਆਪਾਂ। ਸੋ ਇਹ ਦੇਖੋ ਹੁਣ ਇਹ ਜਿਹੜਾ ਹੈਗਾ ਡੌਗ, ਇਹ ਅਕਸਰ ਨਾ ਜਿਹੜੇ ਸਟੈਂਡ ਨੇ ਸ਼ੋਅ ਡੌਗਸ ਨੂੰ ਦਿੱਤੇ ਜਾਂਦੇ ਨੇ, ਬਈ ਸ਼ੋਅ ਡੌਗ ਨੂੰ ਹੀ ਕਿਉਂ, ਕਿਉਂ ਕੇ ਸੀ ਆਈ ਜਿਹੜੇ ਹੈਗੇ ਡੌਗ ਸ਼ੋਅ, ਜਿਹਨਾਂ ਦੇ ਐਂਟਰ ਹੁੰਦੇ ਨੇ ਸ਼ੋਅ ਐਂਟਰ ਹੁੰਦੇ ਆ, ਉਹੀ ਡੌਗਸ ਨੂੰ ਅਸੀਂ ਕਿਉਂ ਦਈਏ, ਅਸੀਂ ਆਪਣੇ ਬੱਚੇ ਨੂੰ ਵੀ ਦੇਵਾਂਗੇ ਨਾ ਸਟੈਂਡ ਲੈ ਕੇ, ਕਿਉਂਕਿ ਜੇ ਅਸੀਂ ਖਰੀਦਿਆ ਇੰਨਾ ਮਹਿੰਗਾ ਕੁੱਤਾ, ਇੰਨਾ ਮਹਿੰਗਾ ਪੱਪੀ ਅਸੀਂ ਪਰਚੇਜ਼ ਕਰਿਆ ਆ, ਉਸ ਨੂੰ ਬੱਚਿਆਂ ਵਾਂਗ ਸਾਡੇ ਪਰਿਵਾਰ ਦੇ ਵਿੱਚ ਰਹਿ ਰਿਹਾ, ਅਤੇ ਉਹਦੇ ਲਈ ਬਾਊਲ ਕਿਉਂ ਨਹੀਂ ਜੀ, ਸਟੈਂਡ ਬਾਊਲ ਲਵੋ ਯਾਰ, ਸਟੈਂਡ ਬਾਊਲ ਜ਼ਰੂਰੀ ਹੈਗਾ ਆ ਇਹਦੇ ਲਈ, ਇਹਦੇ ਨਾਲ ਨਾ ਅਸੀਂ ਪਿੱਠ ਨਹੀਂ ਇੱਦਾਂ ਦੱਬਦੀ ਡੌਗ ਦੀ, ਉਹਦਾ ਜਿਹੜਾ ਜਿਹਨੂੰ ਅਸੀਂ ਕਹਿੰਦੇ ਟੌਪ ਲਾਈਨ ਡੌਗ, ਜਿਹੜੀ ਆਪਣੀ ਸ਼ੋਅ ਟ੍ਰੇਨਿੰਗ ਦੇ ਵਿੱਚ ਉਸਨੂੰ ਕਿਹਾ ਜਾਂਦਾ ਹੈ ਟੌਪ ਲਾਈਨ ਡੌਗ ਦੀ, ਇਹ ਟੌਪ ਲਾਈਨ ਕਦੀ ਵੀ ਥੱਲੇ ਨਹੀਂ ਹੋਣੀ ਚਾਹੀਦੀ ਹੈਗੀ, ਪ੍ਰੋਪਰ ਇੱਕ ਟੌਪ ਲਾਈਨ ਹੋਣੀ ਚਾਹੀਦੀ ਹੈ। ਦੇਖੋ ਇਹਦਾ ਸਟਰਕਚਰ, ਉਹਦੇ ਨਾਲ ਉਹਦਾ ਡਾਈਜੈਸ਼ਨ ਵੀ ਸੈੱਟ ਰਹਿੰਦਾ ਹੈਗਾ, ਉਹਦਾ ਆਕਾਰ ਅਤੇ ਉਹਦਾ ਸਟਰਕਚਰ ਵੀ ਸੈੱਟ ਰਹਿੰਦਾ ਹੈਗਾ ਆ, ਠੀਕ ਹੈ ਜੀ। ਜੇ ਅਕਸਰ ਅਸੀਂ ਕੀ ਕਰਦੇ ਹਾਂ, ਅਸੀਂ ਨੀਚੇ ਬਾਊਲ ਦੇ ਵਿੱਚ, ਜਿੱਦਾਂ ਬਾਊਲ ਦੇ ਵਿੱਚ ਖਾ ਰਹੇ ਨਾ, ਮੈਂ ਡੌਗ ਦਾ ਸਟਰਕਚਰ ਬਣਾਇਆ ਹੋਇਆ, ਬਾਊਲ ਸਟਰਕਚਰ ਬਣਾਇਆ, ਠੀਕ ਹੈ ਜੀ। ਆਹ ਦੇਖੋ ਇਹ ਨੀਚੇ ਖਾ ਰਿਹਾ, ਉਹਦੇ ਗਰਦਨ ਥੱਲੇ ਦਿੱਤੀ ਮਣ ਕੇ ਥੱਲੇ ਬੈਠ ਜਾਂਦੇ ਨੇ ਇੱਦਾਂ,
ਇੱਦਾਂ ਹੋ ਜਾਂਦੇ ਨੇ, ਇਹ ਇੱਦਾਂ ਹੋ ਜਾਂਦੇ ਨੇ, ਇੱਦਾਂ ਇੱਦਾਂ ਪਿੱਠ ਹੋ ਜਾਂਦੇ। ਤੁਸੀਂ ਦੇਖਿਆ ਉਹ ਅਕਸਰ ਲੋਕ ਲੈ ਕੇ ਜਾਂਦੇ ਨੇ ਆਪਣੇ ਡੋਗਸ ਨੂੰ ਬਾਹਰ ਘੁਮਾਉਣ ਵਾਸਤੇ, ਉਹ ਮੋਟੇ ਮੋਟੇ ਪਲੇ ਹੁੰਦੇ ਨੇ ਉਹਨੂੰ, ਮੈਂ ਲੱਗਦਾ ਕਿ ਅਸੀਂ ਪਤਾ ਨਹੀਂ ਸਾਡਾ ਡੋਗ ਕਮਜ਼ੋਰ ਨਾ, ਉਹਨੂੰ ਦਬਾ ਦਬਾ ਕੇ ਖਿਲਾਈ ਜਾਂਦੇ ਨੇ, ਖਿਲਾਈ ਜਾਂਦੇ ਨੇ, ਉਹ ਵਿਚਾਰਾ ਨੀਚੇ ਸਿਰ ਕਰਕੇ ਇੱਦਾਂ ਦਾ ਹਰ ਰੋਜ਼ ਖਾਂਦਾ ਪਾਣੀ ਇੱਦਾਂ ਪੀਂਦਾ, ਉਹਦੇ ਡਿਸਕ 'ਚ ਇੰਨੀ ਪ੍ਰੋਬਲਮ ਰਹਿੰਦੀ। ਤੁਸੀਂ ਦੇਖ ਲਓ ਚਿੜਚਿੜੇ ਜਿਹੇ ਹੁੰਦੇ ਨਾ, ਉਹ ਗੱਲ ਕਰਦੇ ਨੇ ਚੱਜ ਨਾਲ, ਨਾ ਖੇਡਦੇ ਨੇ, ਬਾਹਰ ਜਾਂਦੇ ਨੇ ਇੱਦਾਂ, ਜੇ ਤਾਂ ਗੱਡੀ ਨੂੰ ਸੈਲਫ ਮਾਰ ਦੇਣਾ ਕਿ ਗੇੜੀ ਮਾਰ ਕੇ ਉਹਨਾਂ ਨੂੰ ਪੋਟੀ ਸੁੱਸੂ ਕਰਾ ਕੇ ਚਲੋ ਜੀ ਮੇਰਾ ਭਾਈ ਛੱਡਦਾ। ਠੀਕ ਹੈ ਜੀ, ਸੋ ਦੋਸਤੋ ਅਵੇਅਰ ਰਹੋ ਅਗਰੈਸ਼ਨ ਦਾ ਮੇਨ ਕਾਰਨ, ਜਦ ਪਿੱਠ ਥੱਲੇ ਚਲੀ ਗਈ ਨਾ ਡੋਗ ਦੀ, ਥੱਲੇ ਗਿਰਨ ਲੱਗ ਗਈ ਪਿੱਠ, ਟੋਪ ਲਾਈਨ ਉਹਦੀ ਬੈਠ ਗਈ ਥੱਲੇ ਨੂੰ ਹੋ ਗਈ, ਉਸ ਤੋਂ ਬਾਅਦ ਡੋਗ ਨੇ ਚਿੜਚਿੜਾਪਣ ਦਿਖਾਉਣਾ ਆ, ਘੂਰੂਗਾ, ਵੱਡੂਗਾ, ਬੈਠਾ ਨਾ ਕਿਤੇ, ਜੇ ਉਹਨੂੰ ਖਾਵਾਂਗੇ ਚਲੋ ਇੱਧਰ ਹੋ ਜਾ ਉੱਧਰ ਨੂੰ ਚਲਾ ਜਾ, ਜਾਂ ਚਲਾ ਘੁੰਮ ਲੈ ਕੇ ਉਹਨੇ ਘੂਰਨਾ ਗਰਾਊਲਿੰਗ ਕਰਨੇ ਸਟਾਰਟ ਕਰ ਦੂਗਾ। ਸੋ ਦੋਸਤੋ ਇਹ ਜਿਹੜੀ ਚੀਜ਼ ਹੈ ਨਾ, ਤੁਹਾਨੂੰ ਨਹੀਂ ਪਤਾ ਲੱਗਣੀ ਸੀ, ਨਾ ਯੂਟਿਊਬ 'ਤੇ ਦੱਸੀ ਹੋਈ ਹੈ ਕਿਸੇ ਨੇ, ਨਾ ਕਿਸੇ ਨੇ, ਇਹ ਨਾ ਅੰਦਰੋਂ ਹੀ ਬਸ ਮੈਨੂੰ ਐਂ ਹੁੰਦਾ ਕਿ ਯਾਰ ਮੈਂ ਤੁਹਾਡੇ ਲਈ ਕੁਛ ਕਰ ਦੇਵਾਂ, ਕੁਛ ਭੈਣ ਭਰਾਵਾਂ ਲਈ ਨਾ ਕੁਛ ਨਵੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਨੂੰ ਦੱਸ ਦੇਵਾਂ ਅੱਗੇ। ਯਾਰ ਤੁਸੀਂ ਵੀ ਆਪਣੇ ਭੈਣ ਭਰਾਵਾਂ ਨੂੰ ਅੱਗੇ ਜਿਹੜੇ ਪੈਟ ਲਵਰਸ ਨੇ, ਦੋਸਤਾਂ ਨੂੰ ਤੱਕ ਨਾ ਜਿਹੜੇ ਮੈਸੇਜ ਜ਼ਰੂਰ ਅੱਗੇ ਕਨਵੇ ਕਰ ਦਿਆ ਕਰੋ, ਹੈ ਨਾ। ਹਰੇ ਕੋਈ ਆਪਣੇ ਬੱਚੇ ਲਈ ਸਭ ਕੁਛ ਕਰਨਾ ਚਾਹੁੰਦਾ ਆ, ਪਰ ਉਹਦੇ ਕੋਲ ਟਾਈਮ ਨਹੀਂ ਆ, ਨਾ ਉਹਦੇ ਕੋਲ ਇੱਕ ਪ੍ਰੋਪਰ ਅਵੇਅਰਨੈਸ ਹੈਗੀ ਆ, ਨਾ ਉਹਦੇ ਕੋਲ ਪ੍ਰੋਪਰ ਗਿਆਨ ਹੈਗਾ ਆ ਕਿ ਵੀਰ ਤੁਹਾਡੇ ਲਈ ਬੈਠਾ ਆ, ਤੁਹਾਡੇ ਲਈ ਇੱਦਾਂ ਦੀ ਵੀਡੀਓ ਪਾਉਣ ਦੇ ਲਈ। ਦੇਖੋ ਇਹ ਨਾ ਖਾਣਾ ਖਾ ਰਿਹਾ, ਉਹਦੇ ਮਣਕੇ ਥੱਲੇ ਗਿਰ ਕੇ ਹੈਗੀ ਹੈ, ਉਹਨੇ ਚਿੜਚਿੜਾ ਹੋਊਗਾ, ਇੱਦਾਂ ਉਹ ਡੋਗ ਚਿੜਚਿੜਾ ਨਹੀਂ ਹੋਊਗਾ, ਪੂਰਾ ਫਨੀ ਹੋਊਗਾ ਆ, ਪੂਰਾ ਐਕਟਿਵ ਹੋਊਗਾ, ਖੇਲੂਗਾ, ਦੌੜੂਗਾ, ਛਲੰਗਾ ਮਾਰੂਗਾ, ਇੰਜੋਏ ਕਰੂਗਾ, ਚਲੋ ਵੀ ਆਓ ਖੇਡੀਏ, ਇੱਦਾਂ ਦੇ ਡੋਗ ਨੂੰ ਸਟੈਂਡ 'ਤੇ ਉੱਪਰ ਉੱਚਾ ਖੜਾ ਪੈਂਦਾ ਆ। ਠੀਕ ਹੈ, ਉਹ ਇੱਦਾਂ ਹੁਣ ਮੰਨ ਲਓ ਸਾਨੂੰ ਉਹੀ ਗ੍ਰਾਹੀ ਵਾਲੀ ਕੰਮ ਨੀਚੇ ਝੁਕ ਝੁੱਕ ਕੇ ਇੱਦਾਂ ਝੁਕਣਾ, ਫਿਰ ਪਿੱਠ ਦੇ ਵਿੱਚ ਪੇਨ ਸਟਾਰਟ ਹੋਊਗੀ। ਹੁਣ ਇਹਦੀ ਹੈਰੀਡੀਟਰੀ ਦੀ ਗੱਲ ਕਰੀਏ, ਵੁਲਫ ਦੀ, ਆਪਾਂ ਡੋਗ ਦੀ ਹੈਰੀਡੀਟਰੀ ਦੀ ਗੱਲ ਕਰੀਏ, ਤਾਂ ਹੁਣ ਮੈਂ ਤੁਹਾਨੂੰ ਦੱਸਦਾ ਇਹ ਕਿੱਥੋਂ ਆਇਆ। ਕੋਈ ਪਸ਼ੂ ਮਾਰ ਲਿਆ ਜਾਨਵਰ ਨੇ, ਇਹ ਤੁਹਾਨੂੰ ਪਤਾ ਨਾ ਕੁੱਤੇ ਜਿਹੜਾ ਦਲ ਹੈਗਾ ਆ ਡੋਗਸ ਦਾ, ਇੱਕ ਪੂਰਾ ਜਿਹੜਾ ਗਰੁੱਪ ਹੈ, ਉਹ ਇੱਕ ਉਹਨਾਂ ਦੇ ਗਰੁੱਪ ਦੇ ਵਿੱਚ ਇੱਕ ਲੀਡਰ ਹੁੰਦਾ ਆ, ਪਹਿਲਾਂ ਜਾ ਕੇ ਲੀਡਰ ਖਾਂਦਾ ਆ, ਉਸ ਤੋਂ ਬਾਅਦ ਜਾ ਕੇ ਦੂਜਾ ਲੀਡਰ ਖਾਂਦਾ ਆ, ਅਤੇ ਤੀਜਾ, ਫਿਰ ਚੌਥਾ, ਐਂਡ ਦੇ ਵਿੱਚ ਜਿਹੜਾ ਸਾਰਿਆਂ ਨਾਲੋਂ ਗਰੀਬ ਜਿਹਾ ਹੁੰਦਾ ਨਾ, ਮਰਿਆ ਜਿਹਾ ਡੋਗ, ਉਹ ਜਾ ਕੇ ਹੈ ਨਾ ਫਿਰ ਉਹਨੂੰ ਖਾਣਾ ਨਸੀਬ ਹੁੰਦਾ ਆ। ਪਰ ਜਿਹੜਾ ਐਲਫਾ ਹੋਊਗਾ ਨਾ, ਐਲਫਾ ਸਾਰਿਆਂ ਨਾਲੋਂ ਪਹਿਲਾਂ ਜਾ ਕੇ ਉਹ ਜਿਹੜਾ ਵੀ ਇੱਕ ਜਾਨਵਰ ਮਰ ਗਿਆ ਮਰਦਾਰ ਹੈ, ਉਸਨੂੰ ਸਾਰਿਆਂ ਨਾਲੋਂ ਪਹਿਲਾਂ ਖਾਊਗਾ, ਉਦੋਂ ਖਾਣੂਗਾ। ਅਤੇ ਮੰਨ ਲਓ ਇਹ ਡੋਗ ਹੈ, ਜਾਨਵਰ ਉਰੇ ਗਿਰਿਆ ਹੋਇਆ ਆ, ਮੰਨ ਲਓ ਉਰੇ ਗਿਰ ਗਿਆ, ਇੰਨੇ ਕੁ ਪਹਿਲਾਂ ਤਾਂ ਪੇਟ ਫਾੜੂਗਾ, ਉਹਦੇ ਵਿੱਚੋਂ ਉਹਦੀ ਜਿੰਨੀ ਵੀ ਔਰਗਨਸ ਨੇ, ਜਿੱਦਾਂ ਕਿ ਉਹਦੀ ਕਲੇਜੀ, ਉਹਦਾ ਦਿਲ, ਉਹਦੇ ਜਿਹੜੇ ਵੀ ਔਰਗਨਸ ਨੇ, ਪਹਿਲਾਂ ਉਹ ਖਾਊਗਾ। ਠੀਕ ਹੈ ਜੀ, ਔਰ ਪ੍ਰੋਟੀਨ ਲਊਗਾ, ਉਹ ਖੜਾ ਖੜਾ ਉੱਚੇ ਵੀ ਲੈ ਲਊਗਾ, ਉਸ ਤੋਂ ਬਾਅਦ ਸੈਕਿੰਡ ਜਾਊ, ਥਰਡ ਜਾਊ, ਉਹ ਖਤਮ ਹੁੰਦਾ ਜਾਂਦਾ ਖਾਣਾ। ਐਂਡ ਦੇ ਵਿੱਚ ਜਿਹੜਾ ਨੀਚੇ ਜੂੜ ਰਹਿ ਜਾਂਦੀ ਆ, ਉਹ ਫਿਰ ਇੱਦਾਂ ਦਾ ਖਾਂਦਾ ਜਿਹੜਾ ਐਨ ਮਤਲਬ ਡੱਬੂ ਜਿਹੇ ਕਿਸਮ ਦਾ ਡੋਗ ਹੁੰਦਾ, ਛੋਟਾ, ਪਿੱਛੋਂ ਸਾਰਿਆਂ ਨਾਲੋਂ ਚੌਥੇ, ਪੰਜਵੇਂ ਜਾਂ ਦਸਵੇਂ ਨੰਬਰ ਦਾ ਡੋਗ ਹੁੰਦਾ, ਉਹ ਖਾਂਦਾ ਆ ਗਰੁੱਪ ਦੇ ਵਿੱਚ, ਉਹਦੀ ਨੈਚੁਰਲ ਪਿੱਛੇ ਬੈਠੀ ਹੋਊਗੀ ਅਤੇ ਇਹਨਾਂ ਨੂੰ ਫੋਲੋ ਕਰਦਾ ਹੋਊਗਾ ਐਲਫਾ ਨੂੰ। ਇਹ ਹੈਰੀਡੀਟਰੀ ਤੋਂ ਇੱਥੋਂ ਮਿਲਿਆ ਆ, ਇਸ ਕਰਕੇ ਅਸੀਂ ਆਪਣੇ ਡੋਗ ਨੂੰ ਐਲਫਾ ਬਣਾਉਣਾ ਆ, ਲੀਡਰ ਬਣਾਉਣਾ ਆ, ਤਕੜਾ ਬਣਾਉਣਾ ਆ, ਕਿ ਉਹ ਬਿਮਾਰ ਨਾ ਹੋਵੇ, ਔਰ ਸਾਡੇ ਨਾਲ ਘੱਟੋ ਘੱਟ 10-12 ਸਾਲ ਅਸੀਂ ਉਹਨੂੰ ਇੰਜੋਏ ਤਾਂ ਕਰ ਸਕੀਏ, ਉਸ ਨਾਲ ਖੇਡ ਤਾਂ ਸਕੀਏ ਆਪਣੇ ਫੈਮਿਲੀ ਮੈਂਬਰ ਨਾਲ। ਜੇ ਉਹ ਇੱਦਾਂ ਦੀ ਡਿਸਕ ਹੋਊਗੀ, ਉਹਦੀ ਇੱਦਾਂ ਝੁਕੀ ਹੋਈ ਡਿਸਕ ਹੋਊਗੀ, ਤੁਸੀਂ ਖੇਡ ਨਹੀਂ ਪਾਓਗੇ, ਚਾਹੇ ਜਿੰਨੇ ਮਰਜ਼ੀ ਕਿਸੇ ਤੋਂ ਟ੍ਰੀਟਮੈਂਟ ਕਰਵਾ ਲਈਓ, ਜਿੰਨੇ ਮਰਜ਼ੀ ਕਿਸੇ ਲੇਵੀਸ ਕੋਲ ਚਲੇ ਜਾਈਓ, ਕਿਸੇ ਟ੍ਰੇਨਰ ਕੋਲ ਚਲੇ ਜਾਈਓ, ਕਿਸੇ ਬਰੀਡਰ ਕੋਲ ਚਲੇ ਜਾਈਓ, ਤੁਹਾਨੂੰ ਕਿਸੇ ਨੇ ਨਹੀਂ ਦੱਸਣਾ ਹੈਗਾ। ਜਿਹੜਾ ਇਹ ਚੀਜ਼ ਹੈ ਕਿ ਇਹਦੀ ਪਿੱਠ ਨੂੰ ਸੈੱਟ ਕਰਨ ਵਾਸਤੇ ਡੋਗ ਸਟੈਂਡ ਬਾਊਲ ਜਿਹੜੇ ਹੈਗੇ ਆ, ਬਹੁਤ ਜ਼ਰੂਰੀ ਹੈਗੇ ਆ ਦੋਸਤੋ, ਬਹੁਤ ਜ਼ਰੂਰੀ ਹੈਗੇ ਆ। ਉੱਚਾ ਖਾਣਾ ਕਰਕੇ ਪਾਓ, ਇਸਦੇ ਨਾਲ ਉਹਦੀ ਆਹ ਐਂਗਲ ਦੇ ਵਿੱਚ ਜਿਹੜਾ ਹੈਗਾ ਉਹਦੀ ਪਿੱਠ ਰਹਿੰਦੀ ਹੈ, ਇਹਦੇ ਵਿੱਚ ਉਹਦੇ ਮਸਲਸ ਵੀ ਕ੍ਰੀਏਟ ਹੋਣਗੇ, ਉਹਦੀਆਂ ਜਿਹੜੀ ਜੁਆਇੰਟਸ ਪ੍ਰੋਬਲਮ ਵੀ ਬਿਲਕੁਲ ਸੈ੟ਟ ਰਹਿਣਗੀਆਂ। ਜੇ ਉਹ ਝੁੱਕ ਕੇ ਖਾਊਗਾ, ਉਹਦੀ ਜੁਆਇੰਟਸ ਪ੍ਰੋਬਲਮ ਵੀ ਸਟਾਰਟ ਹੋ ਜਾਣਗੀਆਂ, ਔਰ ਪਿੱਠ ਦੇ ਮਣਕਿਆਂ ਦੀਆਂ ਪ੍ਰੋਬਲਮ ਸਟਾਰਟ ਹੋਣਗੀਆਂ। ਇਸਦੇ ਨਾਲ ਹੀ ਉਹ ਥੱਕਿਆ ਜਾਂ ਮਹਿਸੂਸ ਕਰੂਗਾ, ਜਿਵੇਂ ਜਾਣ ਹੀ ਨਹੀਂ ਹੁੰਦੀ ਹੈਗੀ, ਬੇਚਾਰਾ ਦੱਸ ਤਾਂ ਸਕਦਾ ਨਹੀਂ ਬੋਲ ਕੇ ਕਿ ਪਾਪਾ ਜੀ ਆਹ ਦਿੱਕਤ ਹੋਈ ਹੈ ਮੈਨੂੰ, ਮੇਰੇ ਪਿੱਠ ਦੇ ਵਿੱਚ ਪੇਨ ਹੈ, ਮੈਨੂੰ ਖਾਣਾ ਉੱਚਾ ਦਿਓ। ਇਹ ਤਾਂ ਸਾਨੂੰ ਹੀ ਸਮਝਣਾ, ਜੇ ਸਾਡੇ ਬੱਚਾ ਰੱਖਿਆ ਹੈ ਆਪਣੇ ਕੋਲ, ਸਮਝਣਾ ਸਾਨੂੰ ਹੀ ਪੈਣਾ ਹੈ ਦੋਸਤੋ। ਅਤੇ ਇਹ ਬਹੁਤ ਇੰਪੋਰਟੈਂਟ ਹੈਗੀ ਹੈ ਚੀਜ਼, ਜਿਹੜੀ ਤੁਹਾਨੂੰ ਸਮਝਣ ਦੀ ਜ਼ਰੂਰਤ ਹੈ, ਡੋਗ ਬਾਊਲ ਸਟੈਂਡ, ਹੈ ਨਾ ਜੀ। ਇੱਦਾਂ ਦੇ ਡੋਗ ਬਾਊਲਸ ਤੋਂ ਨਾ ਅਵੋਇਡ ਕਰੋ ਯਾਰ, ਇੱਦਾਂ ਦੇ ਬਾਊਲਸ ਤੋਂ ਨਾ ਅਵੋਇਡ ਕਰੋ, ਇੱਦਾਂ ਦੇ, ਠੀਕ ਹੈ। ਦੇਣਾ ਹੈਗਾ ਆ ਤਾਂ ਇੱਦਾਂ ਦਾ ਲੈ ਕੇ ਆਵੋ, ਇਹ ਐਡਜਸਟੇਬਲ ਹੈ, ਜਿੱਦਾਂ ਮਰਜ਼ੀ ਉਹਨੂੰ ਥੱਲੇ ਕਰ ਲਓ, ਉੱਚਾ ਕਰ ਲਓ, ਐਂਡ ਤੱਕ ਕਰ ਲਓ, ਟੋਪ 'ਤੇ ਲਿਆ ਦਿਓ, ਠੀਕ ਹੈ, ਆਪਣੇ ਡੋਗ ਨੂੰ ਦੇ ਸਕਦੇ। ਸੋ ਦੋਸਤੋ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਹੈਗੀ ਆ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਹੈਗਾ। ਜਿਨ੍ਹਾਂ ਦੇ ਡੋਗ ਓਵਰੇਜ ਹੋ ਗਏ ਹੈ, ਏਜ ਤੋਂ ਜ਼ਿਆਦਾ ਜ਼ਿਆਦਾ ਲਾਸਟ ਮਤਲਬ ਜਿਹੜੀ ਹੈਗੀ ਆ ਉਸਦਾ ਟਾਈਮ ਚੱਲ ਰਿਹਾ, ਉਹਨਾਂ ਵਾਸਤੇ ਵੀ ਤੁਸੀਂ ਯੂਜ਼ ਕਰੋ।
ਤੇ ਉਹ ਹਜੇ ਵੀ ਉਮਰ ਕੱਢਣਗੇ ਜ਼ਿਆਦਾ, ਉਹਨਾਂ ਨੂੰ ਪੇਨ ਜਿਹੜੀ ਹੋ ਰਹੀ ਹੈ ਨਾ ਉਹ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ, ਉਹਨਾਂ ਨੂੰ ਆਪਾਂ ਰਿਲੀਫ ਦੇ ਸਕਦੇ ਹਾਂ ਸਟੈਂਡ ਦੇ ਨਾਲ, ਠੀਕ ਹੈ ਜੀ। ਆਪਣੇ ਛੋਟੇ ਜਦ ਵੀ ਕੋਈ ਪੱਪੀ ਲੈ ਕੇ ਆਉਂਦੇ ਹੋ ਉਹਨੂੰ ਬਾਊਲ ਦੀ ਜਗ੍ਹਾ ਬਾਊਲ ਸਟੈਂਡ ਦਿਓ ਯਾਰ, ਉਹਦੇ ਵਿੱਚ ਖਾਣਾ ਦਿਓ। ਸੋ ਦੋਸਤੋ ਕਿੱਦਾਂ ਲੱਗੀ ਤੁਹਾਨੂੰ ਵੀਡੀਓ ਮੈਨੂੰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਹੈਗਾ ਆ। ਔਰ ਇਹ ਜਿਹੜੀ ਵੀਡੀਓ ਹੈ ਨਾ ਯਾਰ ਆਪਣੇ ਪੈਟ ਲਵਰ ਦੋਸਤਾਂ ਨੂੰ ਨਾ ਅੱਗੇ ਮੈਂ ਸ਼ੇਅਰ ਕਰਨ ਦੀ ਨਹੀਂ ਕਹਿ ਰਿਹਾ ਹੈਗਾ, ਮੈਸੇਜ ਕਨਵੇ ਕਰ ਦਿਓ ਉਹਨਾਂ ਨੂੰ ਕਿ ਵੀ ਭਾਈ ਇੱਦਾਂ ਹੁੰਦਾ, ਚਾਹੇ ਵੀਡੀਓ ਨਾਲ ਸ਼ੇਅਰ ਕਰੀਓ, ਮਤਲਬ ਮੈਸੇਜ ਕਨਵੇ ਕਰ ਦਿਓ ਕਿ ਬਾਊਲ ਭਾਈ ਇਹ ਬਾਊਲ ਸਟੈਂਡ ਜ਼ਰੂਰ ਲੈ ਕੇ ਆਓ ਆਪਣੇ ਡੌਗ ਲਈ, ਹੈ ਨਾ। ਅਤੇ ਦੋਸਤੋ ਇੱਦਾਂ ਹੀ ਤੁਹਾਡਾ ਵੀਰ ਤੁਹਾਡੇ ਲਈ ਵਧੀਆ ਵਧੀਆ ਚੀਜ਼ਾਂ, ਇੱਦਾਂ ਵਧੀਆ ਵਧੀਆ ਗੱਲਾਂ, ਵਧੀਆ ਵਧੀਆ ਇਨਫੋਰਮੇਸ਼ਨਾਂ ਜਿਹੜੀਆਂ ਤੁਹਾਨੂੰ ਕਦੀ ਸੁਣਨ ਨੂੰ ਮਿਲਣੀਆਂ ਹੀ ਨਹੀਂ ਸੀਗੀਆਂ ਉੱਦਾਂ ਦੀਆਂ ਲੈ ਕੇ ਆਊਂਗਾ ਆ। ਸੋਰੀ ਇਸ ਵਾਰ ਵੀਡੀਓ ਥੋੜ੍ਹੀ ਜਿਹੀ ਲੇਟ ਹੋ ਗਈ ਹੈਗੀ ਆ, ਤੁਸੀਂ ਮੈਨੂੰ ਕੋਈ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਚੀਜ਼ ਆਉਂਦੀ ਹੈ ਨਾ ਪੁੱਛ ਸਕਦੇ ਹੋ, ਮੇਰੇ ਵੋਇਸ ਮੈਸੇਜ ਸੈਂਡ ਕਰ ਦਿਆ ਕਰੋ ਮੈਨੂੰ ਵਟਸਐਪ ਦੇ ਉੱਪਰ 9761 4467 ਮੇਰਾ ਨੰਬਰ ਹੈਗਾ ਆ, ਇਸ ਨੰਬਰ ਦੇ ਉੱਪਰ ਤੁਸੀਂ ਮੈਨੂੰ ਇੱਕ ਵੋਇਸ ਮੈਸੇਜ ਛੱਡ ਦਿਓ, ਨੰਬਰ ਹੈਗਾ 9876143761, ਠੀਕ ਹੈ ਜੀ। 9761 4467 ਮੇਰਾ ਨੰਬਰ ਹੈ, ਇਸਦੇ ਉੱਪਰ ਤੁਸੀਂ ਮੈਨੂੰ ਵੋਇਸ ਮੈਸੇਜ ਸੈਂਡ ਕਰੋ, ਕੁਛ ਵੀ ਪੁੱਛ ਲਓ ਯਾਰ, ਮੈਂ ਤੁਹਾਨੂੰ ਤੁਹਾਡੇ ਲਈ ਬੈਠਾ ਹਾਂ ਫਰੀ ਆਫ ਕੋਸਟ, ਮੈਂ ਕੋਈ ਪੈਸਾ ਨਹੀਂ ਲੈਂਦਾ ਹੈਗਾ ਆ। ਪਹਿਲਾਂ ਟ੍ਰੇਨਿੰਗ ਤੋਂ ਬਹੁਤ ਵਾਧੂ ਪੈਸੇ ਕਮਾਏ ਆ, ਮੈਨੇ ਬਹੁਤ ਪੈਸੇ ਲਿੱਤੇ ਹੈਗੇ, ਪਰ ਹੁਣ ਤੁਹਾਡੇ ਲਈ ਮੈਂ ਫਰੀ ਆਫ ਕੋਸਟ ਜਿਹੜੀ ਹੈਗੀ ਆ ਟ੍ਰੇਨਿੰਗ ਦੀ ਜਿਹੜੀਆਂ ਕਲਾਸਾਂ ਵੀ ਔਨਲਾਈਨ ਲਗਾਊਂਗਾ ਆ, ਤੁਹਾਨੂੰ ਦੱਸੂਗਾ ਕਿ ਕਿੱਦਾਂ ਕਿੱਦਾਂ ਡੋਗ ਨੂੰ ਆਪਾਂ ਸਿੱਖਦੇ ਹਾਂ, ਸ਼ਿਕਲ ਲਟਰ ਪਟਰਮ ਜੋ ਵੀ ਹੈਗਾ ਕਰਾਉਣਾ ਹੈ, ਠੀਕ ਹੈ ਜੀ। ਯੂ ਡੋਂਟ ਵਰੀ। ਅਤੇ ਦੋਸਤੋ ਮੈਨੂੰ ਤੁਸੀਂ ਯੂਟਿਊਬ 'ਤੇ, ਫੇਸਬੁੱਕ 'ਤੇ, ਇੰਸਟਾਗ੍ਰਾਮ 'ਤੇ, ਟਵਿੱਟਰ 'ਤੇ ਮੈਨੂੰ ਫੋਲੋ ਕਰ ਸਕਦੇ ਹੋ, ਰਿਸ਼ੀ ਥਾਪਰ ਡੋਗ ਟ੍ਰੇਨਰ ਸਰਚ ਕਰੋ ਤੁਹਾਨੂੰ ਮਿਲ ਜੂਗਾ। ਪਟਿਆਲਾ ਦੇ ਵਿੱਚ ਖੰਡਾ ਚੌਂਕ ਤੋਂ ਆਪਾਂ 21 ਨੰਬਰ ਫਲਾਈਓਵਰ ਵੱਲ ਨੂੰ ਜਾਂਦੇ ਹਾਂ, ਅਤੇ ਮੇਰੀ ਪੈਟ ਸ਼ੋਪ ਹੈਗੀ ਆ ਥਾਪਰ ਪੈਟ ਸ਼ੋਪ ਦੇ ਨਾਮ ਦੇ ਉੱਪਰ ਲਹਿਲ ਚੌਂਕ ਰਜਬਾਹਾ ਰੋਡ ਦੇ ਉੱਪਰ ਲਹਿਲ ਚੌਂਕ ਦੇ ਵਿੱਚ, ਠੀਕ ਹੈ ਜੀ। ਕਿਸੇ ਦਿਨ ਆਓ, ਕੁਛ ਨਾ ਲੈ ਕੇ ਜਾਈਓ, ਮਿਲਣ ਵਾਸਤੇ ਆ ਸਕਦੇ ਹੋ, ਕੋਈ ਜਾਣਕਾਰੀ ਲੈਣ ਵਾਸਤੇ ਐਨੀ ਟਾਈਮ ਉੱਥੇ ਪਹੁੰਚ ਸਕਦੇ ਆ, ਠੀਕ ਹੈ ਜੀ। ਮੇਰੇ ਪਾਪਾ ਹੁੰਦੇ ਆ, ਮੇਰੇ ਮਦਰ ਹੁੰਦੇ ਆ, ਅਤੇ ਮੈਂ ਵੀ ਹੁੰਦਾ ਉੱਥੇ, ਕਦੀ ਵੀ ਕੁਛ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ, ਕੁਛ ਪੁੱਛਣਾ ਚਾਹੁੰਦੇ ਹੋ, ਐਨੀ ਟਾਈਮ, ਠੀਕ ਹੈ ਜੀ। ਦੋਵੋ ਮੈਨੂੰ ਯਾਦ, ਸਤਿ ਸ਼੍ਰੀ ਅਕਾਲ ਜੀ, ਆਪਣਾ ਧਿਆਨ ਰੱਖਿਓ।